ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਅੱਜ ਆਪਾਂ ਇਸ ਰਿਪੋਰਟ ਦੇ ਵਿੱਚ ਪੰਚਾਇਤੀ ਰਾਜ ਬਾਰੇ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਬਹੁਤ ਜ਼ਿਆਦਾ ਰੌਲਾ ਹੈ ਸੁਰਖੀਆਂ ਪੰਚਾਇਤੀ ਚੋਣਾਂ ਦੀ ਬਣ ਰਹੀਆਂ ਨੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਸਰਗਰਮੀਆਂ ਚੱਲ ਰਹੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਦੇ ਨਾਲ ਨਾਲ ਬੜੀ ਹੀ ਡਿਸਟਰਬਿੰਗ ਜਿਹੜੀਆਂ ਬੇਚੈਨ ਕਰਦੀਆਂ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਈ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਸਰਪੰਚੀ ਨੂੰ ਲੈ ਕੇ ਇਸ ਸਮੇਂ ਬੋਲੀਆਂ ਲੱਗ ਰਹੀਆਂ ਨੇ ਇਹ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਇੱਕ ਸਰਪੰਚ ਦੇ ਲਈ ਜੇ ਕੋਈ ਖਰਚ ਕਰਨਾ ਹੈ ਤਾਂ ਉਹ 40000 ਤੋਂ ਵੱਧ ਨਹੀਂ ਕਰ ਸਕਦਾ ਹੈਗਾ ਜਿਹੜਾ ਪੰਚ ਹੈ ਉਹ 30000 ਰੁਪਿਆ ਹੀ ਖਰਚ ਸਕਦਾ ਹੈ ਪਰ ਜਿਹੜੀ ਬੋਲੀ ਲੱਗ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਬੜੀ ਸੰਸਰੀ ਖੇਜ ਹੈ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਉਸ ਨੇ ਦਾਵਾ ਕੀਤਾ ਹੈ ਕਿ ਉਹ 1 ਕਰੋੜ ਰੁਪਿਆ ਖਰਚਣ ਲਈ ਤਿਆਰ ਹੈ ਇਹ 1 ਕਰੋੜ ਰੁਪਿਆ ਕਿੱਥੇ ਖਰਚੇਗਾ ਇਹ ਹਾਲੇ ਦੱਸਿਆ ਨਹੀਂ ਗਿਆ ਹੈਗਾ ਇਸੇ ਤਰੀਕੇ ਨਾਲ ਗਿੱਦੜਵਾਹੇ ਦੇ ਵਿੱਚ ਵੀ ਸਰਪੰਚੀ ਨੂੰ ਲੈ ਕੇ ਇੱਕ ਪਿੰਡ ਦੇ ਵਿੱਚ 35 ਲੱਖ 50 ਹਜ਼ਾਰ ਰੁਪਏ ਦੀ ਬੋਲੀ ਲੱਗੀ ਹੈ। ਇਸੇ ਤਰੀਕੇ ਨਾਲ ਇੱਕ ਹੋਰ ਪਿੰਡ ਦੇ ਵਿੱਚ ਇੱਕ ਨੌਜਵਾਨ ਨੇ ਕਿਹਾ ਕਿ ਉਹ 50 ਲੱਖ ਰੁਪਏ ਖਰਚ ਲਈ ਤਿਆਰ ਹੈ ਤੇ ਨਾਲ ਦੀ ਨਾਲ ਇੱਕ ਹੋਰ ਵਿਅਕਤੀ ਇੱਕ ਹੋਰ ਲੜਕਾ ਨੌਜਵਾਨ ਕਹਿੰਦਾ ਮੈਂ 60 ਲੱਖ ਰੁਪਏ ਖਰਚਲ ਵਾਸਤੇ ਤਿਆਰ ਹੈ ਇਸੇ ਤਰੀਕੇ ਦੇ ਨਾਲ ਇੱਕ ਹੋਰ ਪਿੰਡ ਦੇ ਵਿੱਚ 사дик ਇਹ ਸ਼ਾਇਦ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਉਸੇ ਕੋਲ ਇੱਕ ਵਿਅਕਤੀ ਦੇ ਕੋਲ 3 ਕਿੱਲੇ ਜ਼ਮੀਨ ਹੈ ਉਹ 2 ਕਿੱਲੇ ਵੇਚਣ ਵਾਸਤੇ ਤਿਆਰ ਹੈ तकरीबन 80 ਲੱਖ ਰੁਪਏ ਇਹ ਬਣਦਾ ਹੈ ਤੁਸੀਂ ਸੋਚੋ ਕਿ ਜਿਹੜੇ ਲੋਕ 1 ਕਰੋੜ ਰੁਪਈਆ 35 ਲੱਖ ਰੁਪਈਆ ਜਾਂ 80 ਲੱਖ ਰੁਪਇਆ ਖਰਚਣ ਵਾਸਤੇ ਤਿਆਰ ਬੈਠੇ ਨੇ ਤਾਂ ਅੱਗਿਓ ਉਹ ਕਿਸ ਤਰੀਕੇ ਦੇ ਨਾਲ ਕਮਾਈ ਕਰਨਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਸ਼ਨ ਹੈ ਤੇ ਇਹ ਆਪਣੇ ਆਪ ਦੇ ਵਿੱਚ ਲੋਕਤੰਤਰ ਦੇ ਉੱਤੇ ਵੀ ਇੱਕ ਕਲੰਕ ਬਣਦਾ ਹੈ ਇਹ ਲੋਕਤੰਤਰ ਦੇ ਨਾਲ ਇੱਕ ਖਿਲਵਾੜ ਹੈ ਜੇਕਰ ਪੈਸੇ ਵਾਲੇ ਧਨਾੜ ਇਸ ਤਰੀਕੇ ਦੇ ਨਾਲ ਆਪਣੀਆਂ ਬੋਡੀਆਂ ਲਵਾ ਕੇ ਸਰਪੰਚੀ ਹਾਸਲ ਕਰ ਲੈਣਗੇ ਤਾਂ ਕਿਸੇ ਆਮ ਵਿਅਕਤੀ ਨੂੰ ਸਰਪੰਚ ਜਾਂ ਪੰਚ ਬਣਨ ਵਾਸਤੇ ਇਹ ਸਮਾਂ ਹੀ ਨਹੀਂ ਮਿਲੇਗਾ ਜਿਹਦੇ ਕੋਲ ਪੈਸਾ ਹੀ ਨਹੀਂ ਹੈਗਾ ਉਹ ਕਿਵੇਂ ਸਰਪੰਚ ਬਣੇਗਾ ਜਦ ਕਿ ਸਾਡੇ ਇੱਥੇ ਜਿਹੜਾ ਪੰਚਾਇਤੀ ਰਾਜ ਆ ਉਸ ਦਾ ਮਕਸਦ ਇਹੀ ਹੈ ਕਿ ਸਥਾਨਕ ਪੱਧਰ ਤੱਕ ਲੋਕਤੰਤਰ ਨੂੰ ਲੈ ਕੇ जाया ਜਾ ਸਕੇ ਇਸ ਸਮੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਦਾ ਮਕਸਦ ਜਿਉ ਮੈਂ ਤੁਹਾਨੂੰ ਦੱਸਿਆ ਕਿ ਸਥਾਨਕ ਸਵੈ ਸ਼ਾਸਨ ਦਾ ਵਕੇਂਦਰੀਕਰਨ ਹੈ ਤਾਂ ਜੋ ਪਿੰਡਾਂ ਤੱਕ ਲੋਕਾਂ ਦੇ ਵਿੱਚ ਜਿਹੜਾ ਹੈਗਾ ਲੋਕਤੰਤਰ ਵੀ ਜਾਵੇ ਤੇ ਨਾਲ ਨਾਲ ਉਹ ਆਪਣੇ ਪਿੰਡਾਂ ਦੀਆਂ ਇਕਾਈਆਂ ਦਾ ਖੁਦ ਵਿਕਾਸ ਕਰ ਸਕਣ ਤੇ ਇਸੇ ਮੇ ਸਾਡੇ ਦੇਸ਼ ਦੇ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਚੱਲ ਰਿਹਾ ਹੈ ਇੱਕ ਇਕਾਈ ਹੁੰਦੀ ਹੈ ਪੰਚਾਇਤ ಗ್ರಾಮ ਪੰਚਾਇਤ ਜਿਹੜੀ ਕਿ ਪਿੰਡਾਂ ਦੀ ਜਿਹੜੀ ਪੰਚਾਇਤ ਬਣਦੀ ਹੈ ਇਹਨਾਂ ਨੂੰ ਲਾ ਕੇ ਇੱਕ ਬਲਾਕ ਸਮਤੀ ਬਣਦੀ ਹੈ ਬਲਾਕ ਸਮਤੀ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਣਦੀ ਹੈ ਸਾਡੇ ਦੇਸ਼ ਦੇ ਵਿੱਚ ਇਸ ਸਮੇਂ 251000 ਪੰਚਾਇਤਾਂ ਨੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਿਹੜੀਆਂ ਇਹ ਪੰਚਾਇਤਾਂ ਨੇ ਉਹਨਾਂ ਦੇ ਵਿੱਚੋਂ ਅ 239000 ਗ੍ਰਾਮ ਪੰਚਾਇਤਾਂ ਨੇ 6904 ਬਲਾਕ ਪੰਚਾਇਤਾਂ ਨੇ 589 ਜ਼ਿਲ੍ਹਾ ਪ੍ਰਸ਼ਦਾਂ ਨੇ ਤੇ ਇਸ ਸਮੇਂ ਪੂਰੇ ਦੇਸ਼ ਦੇ ਵਿੱਚ 29 ਲੱਖ ਤੋਂ ਜ਼ਿਆਦਾ ਪੰਚਾਇਤਾਂ ਦੇ ਪ੍ਰਤੀਨਿਧ ਨੇ ਤੇ ਜਿਹੜਾ ਮੌਜੂਦਾ ਢਾਂਚਾ ਹੈ ਪੰਚਾਇਤਾਂ ਦਾ ਇਹ 24 ਅਪ੍ਰੈਲ 1992 ਦੇ ਵਿੱਚ ਸਥਾਪਿਤ ਹੋਇਆ ਸੀਗਾ ਹੁਣ ਜਦੋਂ ਅਸੀਂ ਪੰਜਾਬ ਦੀ ਪੰਚਾਇਤਾਂ ਦੀ ਗੱਲ ਕਰਦੇ ਆ ਇਸ ਸਮੇਂ ਚੋਣਾਂ ਚੋਣ ਸਰਗਰਮੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ 13237 ਪੰਚਾਇਤਾਂ ਨੇ ਤੇ 1 ਕਰੋੜ 33 ਲੱਖ 97932 ਵੋਟਰ ਆਪਣੀ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ ਤੇ ਪੰਜ ਸਰਪੰਚਾਂ ਦੀ ਚੋਣ ਕਰਨਗੇ ਤੇ ਇਹ ਜਦੋਂ ਪੰਜ ਸਰਪੰਚ ਬਣਨਗੇ ਤਾਂ ਉਹ ਪਿੰਡਾਂ ਦਾ ਵਿਕਾਸ ਦੇਖਣਗੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਵੇਂ ਆਮ ਸੁਧਾਰਨ ਕੰਮ ਹੁੰਦੇ ਨੇ ਜਿਵੇਂ ਗਲੀਆਂ ਬਣਾਉਣੀਆਂ ਪਾਣੀ ਦੀ ਵਿਵਸਥਾ ਕਰਨੀ ਹੋਰ ਬੜਾ ਖੁਸ਼ ਚੱਲਦਾ ਹੈ ਤੇ ਇਸ ਸਮੇਂ ਜਿਵੇਂ ਹਾਲਾਤ ਬੜੇ ਹੋਏ ਨੇ ਜਿਸ ਤਰੀਕੇ ਨਾਲ ਪੰਚੀ सरपंची ਨੂੰ ਲੈ ਕੇ ਬੋਲੀਆਂ ਲੱਗ ਰਹੀਆਂ ਨੇ ਤੁਸੀਂ ਇਹ ਸਮਝ ਸਕਦੇ ਹੋ ਕਿ ਜਿਹੜਾ ਵਿਅਕਤੀ ਕਰੋੜ ਰੁਪਇਆ ਖਰਚੇਗਾ ਜਾਂ 35 ਲੱਖ ਖਰਚੇਗਾ ਜਾਂ 50 ਲੱਖ ਖਰਚੇਗਾ ਉਹ ਕਿਸ ਤਰੀਕੇ ਦੇ ਨਾਲ ਦੇ ਪੰਜਾਬ ਦਾ ਵਿਕਾਸ ਕਰ ਸਕਦਾ ਹੈ ਇਹੀ ਕਾਰਨ ਹੈ ਕਿ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਪੰਚੀ ਸਰਪੰਚੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਆਦਾ ਉਤਸ਼ਾਹ ਹੁੰਦਾ ਹੈ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਜਿਹੜੇ ਲੋਕ ਸਰਪੰਚ ਦੀ ਚੋਣ ਲੜਦੇ ਨੇ ਉਹ ਕਈ-ਕਈ ਦਿਨ ਪਿੰਡ ਦੇ ਵਿੱਚ ਸ਼ਰਾਬਾ ਮੰਡਦੇ ਨੇ ਸ਼ਰਾਬਾ ਪਲਾਉਂਦੇ ਨੇ ਬੜਾ ਪੈਸਾ ਖਰਚ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਪੰਚਾਂ ਦਾ ਵੀ ਚੱਲਦਾ ਸਰਪੰਚਾਂ ਦਾ ਵੀ ਚੱਲਦਾ ਹੈ ਅੱਜਕੱਲ ਬਹੁਤ ਨੌਜਵਾਨ ਪੜ੍ਹੇ ਲਿਖੇ ਨੇ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਲੋਕ ਸ਼ਰਾਬਾਂ ਵੰਡ ਕੇ ਅਫੀਮਾਂ ਵੰਡ ਕੇ ਭੁੱਕੀਆਂ ਵੰਡ ਕੇ ਨਸ਼ੇ ਵੰਡ ਕੇ ਪੰਚ ਸਰਪੰਚ ਬਣਨਗੇ ਉਹ ਪਿੰਡ ਨੂੰ ਕਿਸ ਤਰੀਕੇ ਦੇ ਨਾਲ ਵਿਕਸਿਤ ਕਰ ਸਕਦੇ ਨੇ ਜਾਂ ਉਸ ਦੀ ਕਿਸ ਤਰੀਕੇ ਦੇ ਨਾਲ ਤਰੱਕੀ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਉਹਨਾਂ ਲੋਕਾਂ ਦੀ ਹੀ ਚੋਣ ਕਰਨ ਜਿਹੜੇ ਪੜ੍ਹੇ ਲਿਖੇ ਹੋਣ ਤੁਸੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਾ ਕੇ ਦੇਖਦੇ ਹੋ ਕਿ ਮਹਿਲਾ ਸਰਪੰਚ ਬਣੀ ਹੁੰਦੀ ਹੈ ਪਰ ਸਰਪੰਚੀ ਦਾ ਕੰਮ ਉਸ ਦਾ ਪਤੀ ਕਰ ਰਿਹਾ ਹੁੰਦਾ ਹੈ ਜਦਕਿ ਉਸ ਪਿੰਡ ਦੀ ਜਿਹੜੀ ਸਰਪੰਚ ਬਣਾਈ ਹੁੰਦੀ ਆ ਉਹ ਸਰਕਾਰ ਨੇ ਵਿਸ਼ੇਸ਼ ਤੌਰ ਤੇ ਰਾਖਵਾ ਕਰਨ ਕੀਤਾ ਹੁੰਦਾ ਹੈ ਕਿ ਇੱਥੇ ਦੀ ਸਰਪੰਚ ਇੱਕ ਮਹਿਲਾ ਹੀ ਬਣੂਗੀ ਪਰ ਅਫਸੋਸ ਦੀ ਗੱਲ ਹੈ ਕਿ ਉੱਥੇ ਮਹਿਲਾ ਨੂੰ ਬਿਲਕੁਲ ਅਧਿਕਾਰ ਹੀ ਨਹੀਂ ਦਿੱਤੇ ਜਾਂਦੇ ਹੈਗੇ ਤੁਸੀਂ ਜਿੱਥੇ-ਜਿੱਥੇ ਵੀ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਕੁਝ ਹੀ ਉਦਾਹਰਨਾਂ ਮਿਲਦੀਆਂ ਨੇ ਜਿੱਥੇ ਲੜਕੀਆਂ ਅਗਵਾਈ ਕਰਦੀਆਂ ਨੇ ਮਹਿਲਾਵਾਂ ਅਗਵਾਈ ਕਰਦੀਆਂ ਨੇ ਤੇ ਪਿੰਡ ਦੀ ਪੰਚਾਇਤ ਫੈਸਲੇ ਕਰਦੀ ਹੈ ਜਾਂ ਉੱਥੇ ਜਿਹੜੇ ਵਿਕਾਸ ਦੇ ਕੰਮ ਕਰਦੀ ਹੈ ਤੇ ਆਮ ਤੌਰ ਤੇ ਪੁਰਸ਼ ਪ੍ਰਧਾਨ ਸਮਾਜ ਹੁਣ ਕਰਕੇ ਹੀ ਪੁਰਸ਼ ਹੀ ਉੱਥੇ ਸਾਰਾ ਕੁਝ ਕੰਮ ਕਰਦੇ ਨੇ ਪਰ ਬਹੁਤ ਸਾਰੀਆਂ ਇਹ ਜਿਹੀਆਂ ਧਾਰਨਾ ਨੇ ਅੱਜ ਕੱਲ ਪੜ੍ਹੇ ਲਿਖੇ ਕੁੜੀਆਂ ਆਪਣੇ ਪਿੰਡਾਂ ਦੇ ਵਿੱਚ ਵਧੀਆ ਵਿਕਾਸ ਵੀ ਕਰ ਰਹੀਆਂ ਨੇ ਪੜ੍ਹੇ ਲਿਖੇ ਮੁੰਡੇ ਵੀ ਵਿਕਾਸ ਕਰ ਰਹੇ ਨੇ ਕਈ ਲੋਕਾਂ ਨੇ ਤਾਂ ਜਿਹੜੇ ਸਰਪੰਚ ਬਣੇ ਨੇ ਨੌਜਵਾਨ ਉਹਨਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ ਤੇ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਘੁੰਮਦੇ ਹੋਈਏ ਇਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਪਿੰਡ ਬਣਾ ਦਿੱਤੇ ਪੱਕੀਆਂ ਗਲੀਆਂ ਬਣਾ ਦਿੱਤੀਆਂ ਨੇ ਘਰ-ਘਰ ਦੇ ਉੱਤੇ ਪਲੇਟਾਂ ਲੱਗੀਆਂ ਨੇ ਜਿਹੜੇ ਪਿੰਡ ਦੇ ਛੱਪੜ ਨੇ ਉਹਨਾਂ ਦੀ ਵੀ ਹਾਲਤ ਸੁਧਾਰ ਦਿੱਤੀ ਏ ਤੇ ਉਹਨਾਂ ਦਾ ਪਾਣੀ ਸਾਫ਼ ਸੁਥਰਾ ਕਰਕੇ ਖੇਤਾਂ ਨੂੰ ਭੇਜਿਆ ਜਾ ਰਿਹਾ ਤੇ ਇਸ ਗੱਲ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੀ ਇਹ ਪੰਚਾਇਤਾਂ ਨੇ ਇਹਨਾਂ ਦਾ ਬਹੁਤ ਮਹੱਤਵ ਹੈ ਇਸ ਮਹੱਤਵ ਨੂੰ ਦੇਖਦੇ ਹੋਏ ਜਿਸ ਤਰੀਕੇ ਦੇ ਨਾਲ ਜਿਹੜੇ ਮਕਸਦ ਦੇ ਨਾਲ ਪੰਚਾਇਤਾਂ ਨੂੰ ਅਸੀਂ ਬਣਾਇਆ ਗਿਆ ਤੇ ਇਸ ਦਾ ਮਕਸਦ ਇਹੀ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਲੋਕਤੰਤਰ ਸਥਾਪਿਤ ਹੋਵੇ ਜੇ ਜ਼ਮੀਨੀ ਪੱਧਰ ਦੇ ਉੱਤੇ ਲੋਕਤੰਤਰ ਸਥਾਪਿਤ ਨਹੀਂ ਹੁੰਦਾ ਭ੍ਰਿਸ਼ਟ ਤਰੀਕੇ ਦੇ ਨਾਲ ਜੇ ਕੋਈ ਪੰਚ ਸਰਪੰਚ ਬਣਦਾ ਤੇ ਅੱਗੇ ਜਾ ਕੇ ਉਸ ਨੇ ਔਰ ਹੋਰ ਵੱਡਾ ਨੇਤਾ ਬਣ ਜਾਣਾ ਕਿਸੇ ਨੇ ਵਿਧਾਇਕ ਬਣ ਜਾਣਾ ਕਿਸੇ ਨੇ ਜਾ ਕੇ ਫਿਰ ਮੈਂਬਰ ਪਾਰਲੀਮੈਂਟ ਬਣ ਜਾਣਾ ਜੇਕਰ ਭ੍ਰਿਸ਼ਟਾਚਾਰ ਦੀ ਜੜ ਇੱਥੋਂ ਲੱਗ ਜਾਂਦੀ ਹੈ ਤਾਂ ਅੱਗੇ ਤੋਂ ਅੱਗੇ ਇਹ ਭ੍ਰਿਸ਼ਟਾਚਾਰ ਫੈਲਦਾ ਚੱਲੇ ਜਾਂਦਾ ਹੈ ਇਸ ਗੱਲ ਕਰਕੇ ਜਿਸ ਤਰੀਕੇ ਦੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋਵੇ ਤੇ ਜਿਹੜੇ ਪੰਚਾਇਤ ਪੰਚਾਇਤਾਂ ਨੇ ਜਾਂ ਹੋਰ ਜਿਹੜੇ ਇਹ ਜੀਆਂ ਸੰਸਥਾਵਾਂ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਇਹ ਤਾਂ ਹੀ ਮਜ਼ਬੂਤ ਹੋ ਸਕਦਾ ਹੈ ਜੇਕਰ ਅਸੀਂ ਪੜ੍ਹ ਲਿਖ ਕੇ ਇਹਨਾਂ ਪੜ੍ਹੇ ਲਿਖੇ ਪੰਚ ਸਰਪੰਚ ਸੁਣੀ ਸੁਣੀਏ ਜੇ ਜਿਹੜੀ ਸ਼ਰਾਬ ਨਸ਼ਾ ਤੋਂ ਦੂਰ ਹੋ ਕੇ ਅਸੀਂ ਆਪਣੇ ਪਿੰਡ ਦੇ ਵਿਕਾਸ ਬਾਰੇ ਸੋਚੀਏ ਸੋ ਇਹ ਸੀ ਜਿਹੜੀ ਅੱਜ ਦੀ ਰਿਪੋਰਟ ਹੈ ਕੱਲੂ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ